ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ ਜੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ, ਉੱਥੇ ਜਾ ਕੇ ਉੱਥੇ ਦੇ ਜਰਨੈਲ ਨੂੰ ਜੱਫੀ ਪਾਈ, ਲੇਕਿਨ ਉਹ ਜੱਫੀ 'ਤੇ ਕਾਫੀ ਵਿਵਾਦ ਮਚਿਆ। ਲੇਕਿਨ ਉਸ ਦਾ ਪੂਰਾ ਜਿਹੜਾ ਸ਼੍ਰੇਅ ਹੈ ਉਹ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਪੰਜਾਬੀ ਵੀ ਨਵਜੋਤ ਸਿੰਘ ਸਿੱਧੂ ਨੂੰ ਦੇ ਰਹੇ ਆ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਵਡੱਪਣ ਦੇਖੋ, ਉਹ ਕਹਿ ਰਹੇ ਨੇ ਕਿ ਇਸ ਦਾ ਕ੍ਰੈਡਿਟ ਮੈਨੂੰ ਨਹੀਂ, ਮੇਰੀ ਜਨਤਾ ਨੂੰ ਹੋਣਾ ਚਾਹੀਦਾ ਹੈ, ਮੇਰੇ ਸਿੱਖ ਸਮੁਦਾਇ ਨੂੰ ਹੋਣਾ ਚਾਹੀਦਾ, ਮੇਰੇ ਵੀਰਾਂ ਨੂੰ, ਮੇਰੇ ਭੈਣਾਂ ਨੂੰ, ਬੱਚਿਆਂ ਬਜ਼ੁਰਗਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ। ਮੇਰੀ ਤਾਂ ਜੋ ਅਕਾਲ ਪੁਰਖ ਨੇ ਸੇਵਾ ਲਾਈ ਸੀ, ਮੈਂ ਉਸ ਸੇਵਾ ਵਿੱਚ ਕਿੰਨਾ ਕੁ ਸਫਲ ਹੋਇਆ ਹਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਕੀ ਹੈ ਪੂਰੀ ਖਬਰ ਦੱਸਣ ਵਾਸਤੇ ਜਗਤਾਰ ਬਾਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਬਾਬਾ ਜੀ ਕੀ ਅਪਡੇਟ ਹੈ? ਨਵਜੋਤ ਸਿੱਧੂ ਜੋ ਕੈਬਨਿਟ ਮੰਤਰੀ ਨੇ ਜੀ ਕਾਂਗਰਸ ਦੇ, ਇਹ ਕੱਲ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦੇ ਬੱਸ ਸਟੈਂਡ ਦਾ ਉਦਘਾਟਨ ਕਰਨ ਪਹੁੰਚੇ ਸੀ ਤੇ ਉਸ ਤੋਂ ਬਾਅਦ ਸਿੰਗਲਾ ਸਾਹਿਬ ਦੀ ਕੋਠੀ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਮੇਨ ਜਿਹੜਾ ਕੋਰੀਡੋਰ ਦੇ ਲਾਂਘੇ ਵਾਸਤੇ ਕ੍ਰੈਡਿਟ ਹੈਗਾ ਇਹ ਪੂਰੇ ਸਾਰੇ ਭਾਰਤ ਦੇ ਲੋਕਾਂ ਨੂੰ ਦਿੱਤਾ ਹੈਗਾ। ਕਹਿੰਦੇ ਵੀ ਇਹਦੇ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਜੀ ਸੋਮ ਜੀ। ਇਹ ਤਾਂ ਬਹੁਤ ਵੱਡੀ ਗੱਲ ਹੈ, ਉਹਨਾਂ ਨੇ ਆਪਣੇ ਮਤਲਬ ਵਡੱਪਣ ਹੈ ਉਹਨਾਂ ਦਾ, ਲੇਕਿਨ ਇੱਥੇ ਦਾ ਜਿਹੜੇ ਵਿਰੋਧੀ ਨੇ ਉਹ ਆਪਣਾ ਕ੍ਰੈਡਿਟ ਲੈ ਰਹੇ ਨੇ। ਬਿਲਕੁਲ ਸੋਮ ਜੀ, ਇਹਦੇ ਵਿੱਚ ਹੋੜ ਲੱਗੀ ਪਈ ਹੈਗੀ। ਇੱਕ ਜਦੋਂ ਦਾ ਪਾਕਿਸਤਾਨ ਸਰਕਾਰ ਨੇ ਕੋਰੀਡੋਰ ਲਾਂਘੇ ਦੀ ਇਜਾਜ਼ਤ ਦੇ ਦਿੱਤੀ ਹੈਗੀ ਉਦੋਂ ਤੋਂ ਹੋੜ ਲੱਗੀ ਪਈ ਹੈਗੀ ਆਪੋ ਆਪਣੇ ਕ੍ਰੈਡਿਟ ਲੈਣ ਵਾਸਤੇ। ਜਦਕਿ ਇਹਦਾ ਸਾਰਾ ਲੋਕਾਂ ਨੂੰ ਪਤਾ ਹੈਗਾ ਹਿੰਦੁਸਤਾਨ ਦੇ ਨੂੰ ਵੀ ਕ੍ਰੈਡਿਟ ਹੈਗਾ ਬਣਦਾ ਹੈਗਾ ਨਵਜੋਤ ਸਿੰਘ ਸਿੱਧੂ ਦਾ, ਕਿਉਂਕਿ ਉਹ ਪਾਕਿਸਤਾਨ ਗਏ, ਉੱਥੇ ਦੇ ਜਰਨਲ ਜੱਫੀ ਪਾਈ ਤੇ ਉੱਥੇ ਉਹ ਸਾਰਾ ਕੰਮ ਬਣਿਆ। ਉਦੋਂ ਬਾਅਦ ਸਰਕਾਰ ਹੋਰ ਪਾਰਟੀਆਂ ਨੇ ਇਹਨਾਂ ਨੂੰ ਨਿੰਦਿਆ। ਲੇਕਿਨ ਨਵਜੋਤ ਸਿੰਘ ਸਿੱਧੂ ਤੇ ਦਾ ਗੱਦਾਰ ਦਾ ਜਿਹੜਾ ਠੱਪਾ ਸੀ ਉਹ ਲਾ ਦਿੱਤਾ ਗਿਆ ਵਿਰੋਧੀਆਂ ਵੱਲੋਂ। ਬਿਲਕੁਲ ਜੀ, ਬਹੁਤ ਕੁਛ ਇਹਨਾਂ ਨੂੰ ਕਿਹਾ ਗਿਆ, ਪਰ ਹੁਣ ਜਦੋਂ ਇਹ ਕੰਮ ਸਾਰਾ ਓਕੇ ਹੋ ਗਿਆ ਤਾਂ ਹੁਣ ਆਪੋ ਆਪਣੇ ਜਿਹੜਾ ਕ੍ਰੈਡਿਟ ਹੈਗਾ ਲੈਣ ਦੀ ਹੋੜ ਵਿੱਚ ਲੱਗੇ ਪਏ ਨੇ। ਜਦਕਿ ਨਵਜੋਤ ਸਿੱਧੂ ਇਹੀ ਗੱਲ ਕਹਿ ਰਹੇ ਨੇ ਬਾਰ ਬਾਰ ਵੀ ਇਹ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਇਹ ਕ੍ਰੈਡਿਟ ਹੈ ਮੇਰੇ ਪੂਰੇ ਭਾਰਤ ਦੇ ਸਿੱਖਾਂ ਨੂੰ ਜਾਣਾ ਚਾਹੀਦਾ ਹੈ। ਔਰ ਦੋਸਤੋ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਵੀ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਦਾ ਕਿ ਬੁਰੇ ਦਿਨ ਜਾਣ ਵਾਲੇ ਨੇ, ਰਾਹੁਲ ਗਾਂਧੀ ਆਉਣ ਵਾਲੇ ਨੇ ਤੇ ਉਸੇ ਲਈ ਜੀ ਰਹੇ ਹਾਂ। ਔਰ ਦੇਖੋ ਇਹ ਤਿੰਨ ਸਟੇਟਾਂ ਦੇ, ਪਹਿਲੀ ਵਾਰ ਮੈਂ ਕੰਪੇਨ 'ਤੇ ਨਿਕਲਿਆ ਜਦੋਂ ਕਾਂਗਰਸ ਤੋਂ ਆਇਆ, ਪਹਿਲਾਂ ਕੰਪੇਨ ਕੀਤਾ ਸੀ ਪੰਜਾਬ 78, ਤਿੰਨ ਹੁਣ ਸਟੇਟਾਂ ਦੇ ਵਿੱਚ ਕੰਪੇਨ ਕੀਤੀ ਹੈ। ਰੱਬ ਕਈ ਵਾਰ ਚੰਗੇ, ਔਰ ਕਿਉਂਕਿ ਬਾਬੇ ਦਾ ਲਾਂਘਾ ਖੁੱਲਿਆ ਇਸ ਕਰਕੇ ਹਰ ਚੀਜ਼ ਵਧੀਆ ਹੋ ਰਹੀ ਹੈ, ਬਰਨਾਲੇ ਵਾਸਤੇ ਵੀ ਵਧੀਆ ਹੋ ਰਹੀ ਹੈ। ਇੱਕ ਕਰਕੇ ਗੱਲ ਕੋਈ ਪਹਿਲਾਂ ਹੁੰਦੀ ਹੈ ਤੇ ਉਧਰ ਪੂਰੀ ਹੁੰਦੀ ਹੈ, ਦੂਜੇ ਪਾਸੇ ਇਹ ਕਦੇ ਹੋਇਆ ਸੀ? ਸਰਹੱਦ ਪਾਰ ਜਿੰਨੀ ਤੇਜ਼ੀ ਹੈ, ਸਰਹੱਦ ਪਾਰ ਜਿੰਨੀ ਤੇਜ਼ੀ ਹੈ ਜੀ। ਹਾਂਜੀ ਹਾਂ, ਨੀਲ ਭਾਈ ਪੁੱਛੋ। ਹਾਂਜੀ, ਸਰਹੱਦ ਪਾਰ ਜਿੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਇੱਧਰ ਕਿਉਂ ਨਹੀਂ? ਮੈਂ ਕਿਹਾ ਜਿੱਦਣ ਜ਼ਮੀਨ ਅਕਵਾਇਰ ਹੋ ਗਈ ਇਹ ਪਹਿਲਾਂ ਖਤਮ ਹੋ ਗਈ, ਵੇਖ ਲੈਣਾ, ਕਿਉਂਕਿ ਏਰੀਆ ਭਾਜੀ 400 ਮੀਟਰ ਹੈ। ਤੁਸੀਂ ਦੇਖੋਗੇ ਨਾ ਤਾਂ ਉੱਥੋਂ ਉਹ 4.5 ਕਿਲੋਮੀਟਰ ਹੈ। ਉਹਨਾਂ ਦਾ ਇੰਨਾ ਧੰਨਵਾਦ ਹੈ ਕਿ ਜਦੋਂ ਉਹਨਾਂ ਅਨਾਊਂਸਮੈਂਟ ਹੋਈ ਸੀ, ਗਰਾਊਂਡ ਬ੍ਰੇਕਿੰਗ ਹੋਈ ਸੀ, ਉਦੋਂ ਕਰੇਨਾਂ ਲੱਗੀਆਂ ਹੋਈਆਂ ਸੀ ਉੱਥੇ। ਮੈਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਚੜ੍ਹਿਆ, ਛੱਤ ਦੇ ਉੱਤੇ ਚੜ੍ਹਿਆ, ਉੱਥੇ ਜਾ ਕੇ ਮੱਥਾ ਟੇਕ ਕੇ ਉੱਪਰ ਗਿਆ ਅਤੇ ਤੁਸੀਂ ਮੰਨੋਗੇ ਨਹੀਂ, ਉੱਪਰੋਂ ਕਰੇਨਾਂ ਹੀ ਕਰੇਨਾਂ ਦਿਖਦੀਆਂ ਸੀ, ਝੰਡੇ ਹੀ ਝੰਡੇ ਦਿਖਦੇ ਸੀ। 4.5 ਕਿਲੋਮੀਟਰ ਤਾਂ ਵੀ ਇੱਥੋਂ ਸੜਕ ਜਾ ਰਹੀ ਹੈ, ਮੈਨੂੰ ਦਿਖਾਇਆ ਉਹਨਾਂ ਨੇ ਵੀ ਇੱਥੋਂ ਸੜਕ ਜਾ ਰਹੀ ਹੈ। ਮੈਂ 4-5 ਘੰਟੇ ਲਾ ਕੇ ਆਇਆ ਨਾਲੋਂ ਉਹ ਕਾਲੀ ਬਾਈ ਨੂੰ ਉਹਨਾਂ ਨੇ ਰਾਵੀ 'ਚ ਸਿੱਟ ਕੇ ਇੱਕ ਬਣਾ ਕੇ ਉਹਦੇ ਉੱਤੋਂ ਵੱਡਾ ਪੁਲ, ਮਤਲਬ ਨਾਲ ਨਨਕਾਣਾ ਸਾਹਿਬ ਅਤੇ ਨਾਲ ਉਹਦੇ ਪੰਜਾ ਸਾਹਿਬ, ਉਹਨਾਂ ਦਾ ਸਰਕਟ ਬਣਾ ਤੇ। ਜਿਹੜੀ ਉੱਥੇ ਨਾਰੋਵਾਲ ਜ਼ਮੀਨ 1,00,000 ਰੁਪਏ ਦੀ ਸੀ ਉਹ ਅੱਜ 25-25 ਨੂੰ ਵਿਕਦੀ ਹੈ, ਅਤੇ ਤੁਸੀਂ ਸੋਚ ਨਹੀਂ ਸਕਦੇ ਮਾਝਵਾਂ ਲੱਗਿਆ ਪਿਆ ਉੱਥੇ, ਤਾਂ ਮਤਲਬ ਇੰਨੀ ਡਿਵੈਲਪਮੈਂਟ ਹੋ ਰਹੀ ਹੈ ਤੁਸੀਂ ਸੋਚ ਨਹੀਂ ਸਕਦੇ। ਔਰ ਮੈਂ ਇਹ ਵੀ ਇਲਤਜਾ ਕਰਨੀ ਚਾਹੁੰਦਾ ਕਿ ਇਹ ਜਿਹੜੀਆਂ ਦੋਨੋਂ ਸ਼ਹਿਰ ਨੇ, ਮੇਰੇ ਦੋਸਤ ਨੇ ਔਰ ਵੱਡਾ ਭਰਾ ਹੈ ਉਹ, ਔਰ ਇਸੇ ਤਰੀਕੇ ਨਾਲ ਕੈਪਟਨ ਸਾਹਿਬ ਵੀ, ਮਤਲਬ ਪੰਜਾਬ ਸਰਕਾਰ ਵੱਲੋਂ ਵੀ ਇਹ ਤੋਹਫਾ ਹੋਣਾ ਚਾਹੀਦਾ ਕਿ ਇਹ ਦੋ ਜਿਹੜੀਆਂ ਸਿਟੀਜ਼ ਨੇ ਹੈਰੀਟੇਜ ਸਿਟੀਜ਼ ਡਿਕਲੇਅਰ ਹੋਣੀਆਂ ਚਾਹੀਦੀਆਂ, ਹੈਰੀਟੇਜ ਸਿਟੀ ਇਹਨਾਂ ਨੂੰ ਡਿਕਲੇਅਰ ਕਰਕੇ ਇਹਨਾਂ ਦਾ ਜਿਹੜਾ ਵਿਰਾਸਤੀ ਖਾਕਾ ਹੈ ਉੱਦਾਂ ਹੀ ਰਹਿਣਾ ਚਾਹੀਦਾ। ਵੀ ਜਿੱਥੇ ਬਾਬਾ ਜੀ ਨੇ 104 ਏਕੜ ਜ਼ਮੀਨ ਦੇ ਵਿੱਚ ਹਲਵਾਇਆ ਉਹਦਾ ਲੰਗਰ ਵਰਤਾਉਂਦੇ ਆ, ਜਿਹੜੀ ਕਣਕ ਉੱਥੋਂ ਆਉਂਦੀ ਹੈ ਉਹਦਾ ਲੰਗਰ ਵਰਤਾਉਂਦੇ ਆ, ਉਹ ਉੱਦਾਂ ਦਾ ਉੱਦਾਂ ਹੀ ਰਹੇ, ਉਸ ਜ਼ਮੀਨ ਨੂੰ ਟੱਚ ਵੀ ਨਾ ਕੀਤਾ ਜਾਏ, ਹੋਟਲ ਪਵੇ ਅਤੇ ਕਿਲੋਮੀਟਰ ਦੂਰ ਪਵੇ, ਅਤੇ ਕੋਈ ਜਿਹੜਾ ਬੰਦਾ ਉੱਥੇ ਆਵੇ ਉਹਨੂੰ ਲੱਗੇ ਕਿ ਵਾਕਈ ਇਹ ਬਾਬੇ ਦਾ ਪਿੰਡ ਹੈ। ਔਰ ਭਾਰਤ ਸਰਕਾਰ ਵੱਲੋਂ ਵੀ ਜਿਹੜੀ ਇੱਕ ਮੰਗ ਸੀਗੀ ਪਿੰਡ ਬਾਬੇ ਨਾਨਕ ਦਾ, ਉਹ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਪਾ ਰਹੇ ਹਾਂ,
ਉਸ ਤਰੀਕੇ ਨਾਲ ਇਹ ਜਿਹੜੀ ਓਰਿਜਨੈਲਿਟੀ ਹੈ ਇਹ ਪ੍ਰਜ਼ਰਵ ਰਹੇ। ਮੈਂ ਇਹਦੀ ਚਿੱਠੀ ਬਹੁਤ ਛੇਤੀ ਕੱਢਣ ਵਾਲਾ।